क्षत्रिय काल ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਅੱਜ ਜੱਜ ਸਿੰਘ ਚਾਹਲੋ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਦੀਆਂ ਮੁਸੀਬਤਾਂ ਵਾਦ ਸਕਦੀਆਂ ਨੇ ਦਿੱਲੀ ਦੇ ਵਿੱਚ ਲੱਗਾ ਪਹਿਲਵਾਨਾਂ ਦਾ ਧਰਨਾ ਮੋਦੀ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਦਾ ਦਿਖਾਈ ਦਿੰਦਾ ਹੈ ਪੰਜਾਬ ਦੀਆਂ ਜੇਲਾਂ ਤੇ ਇੱਕ ਵਾਰ ਫਿਰ ਤੋਂ ਅਟੈਕ ਹੋ ਸਕਦਾ ਹੈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਉਸ ਤੋਂ ਬਾਅਦ ਰਜਿੰਦਰਾ ਹਸਪਤਾਲ ਪਹੁੰਚੇ ਅਹਿਮ ਐਲਾਨ ਮੁੱਖ ਮੰਤਰੀ ਦੇ ਵੱਲੋਂ ਕੀਤੇ ਗਏ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸੁਖਪਾਲ ਸਿੰਘ ਖੈਰਾ ਤੇ ਮਾਨ ਹਾਨੀ ਦਾ ਮੁਕਦਮਾ ਠੋਕਣ ਦਾ ਐਲਾਨ ਕਰ ਦਿੱਤਾ ਹੈ ਮਈ ਦੇ ਵਿੱਚ ਮੌਸਮਾ ਕਿਹੋ ਜਿਹਾ ਰਹੇਗਾ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਅਰਵਿੰਦ ਕੇਜਰੀਵਾਲ ਤੋਂ ਕਰਦੇ ਹਾਂ ਬੀਤੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਕਿ ਉਹਨਾਂ ਨੇ ਆਪਣੇ ਦਿੱਲੀ ਵਾਲੇ ਸਰਕਾਰੀ ਘਰ ਦੀ ਮੁਰੰਮਤ ਤੇ 45 ਕਰੋੜ ਰੁਪਈਆ ਖਰਚ ਦਿੱਤਾ ਹੈ ਲੱਖਾਂ ਰੁਪਏ ਦੇ ਉਹਨਾਂ ਨੇ ਖਿੜਕੀਆਂ ਦੇ ਪਰਦੇ ਲਗਵਾ ਲਏ ਨੇ ਅਤੇ ਕਰੋੜਾਂ ਰੁਪਏ ਦਾ ਮਾਰਬਲ ਵੀ ਇਤਨਾਮ ਮੁਲਕ ਤੋਂ ਮੰਗਵਾਇਆ ਗਿਆ ਹੈ ਇਸੇ ਤਰੀਕੇ ਨਾਲ ਲੱਖਾਂ ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਗਿਆ ਇਹਨਾਂ ਸਾਰੀਆਂ ਚੀਜ਼ਾਂ ਤੇ 1 ਕਰੋੜ ਰੁਪਏ ਦੀ ਰਸੋਈ ਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਕਰਦੇ ਵਿੱਚ ਬਣਵਾਈ ਗਈ 8 ਲੱਖ ਦੀ ਟਾਇਲਟ ਲਗਵਾਈ ਗਈ ਹੈ ਆਪਣੇ ਘਰ ਦੇ ਵਿੱਚ ਅੱਜ ਹੀਆਂ ਮੀਡੀਆ ਰਿਪੋਰਟਾਂ ਵੀ ਹੁਣ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਨੇ ਪਰ ਇਹ ਸਭ ਦੇ ਵਿੱਚਕਾਰ ਹੁਣ ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਵੱਧ ਸਕਦੀਆਂ ਨੇ ਕਿਉਂਕਿ ਦਿੱਲੀ ਦੇ ਐਲਜੀ ਦੇ ਵੱਲੋਂ ਇਸ ਸੰਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਐਲਜੀ ਹਨ ਦਿੱਲੀ ਦੇ ਵੀ ਕੇ ਸਖਸੇਨਾ ਉਹਨਾਂ ਦੇ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਹ ਸਾਰਾ ਰਿਕਾਰਡ ਤਲਬ ਕਰੋ ਅਤੇ ਇਸ ਸਾਰੇ ਰਿਕਾਰਡ ਦੀ ਜਾਂਚ ਕਰੋ 15 ਦਿਨਾਂ ਦਾ ਸਮਾਂ LG ਦੇ ਵੱਲੋਂ ਦੇ ਦਿੱਤਾ ਗਿਆ ਹੈ 15 ਦਿਨਾਂ ਦੇ ਵਿੱਚ ਜਾਂਚ ਕਰਕੇ ਰਿਪੋਰਟ LG ਨੂੰ ਸੌਂਪੀ ਜਾਵੇਗੀ ਦਿੱਲੀ ਦੇ ਮੁੱਖ ਸਕੱਤਰ ਦੇ ਵੱਲੋਂ ਅਤੇ ਉਸ ਤੋਂ ਬਾਅਦ LG ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮੁਸ਼ਕਲਾਂ ਜ਼ਰੂਰ ਅਰਵਿੰਦ ਕੇਜਰੀਵਾਲ ਦੀਆਂ ਵਾਦੀਆਂ ਦਿਖਾਈ ਦਿੰਦੀਆਂ ਨੇ ਅਗਲੀ ਖਬਰ ਦੇ ਵੱਲ ਵਾਅਦੇ ਆ ਜੇਕਰ ਮੁਸ਼ਕਲਾਂ ਅਰਵਿੰਦ ਕੇਜਰੀਵਾਲ ਦੀਆਂ ਵੱਧ ਰਹੀਆਂ ਨੇ ਤਾਂ ਮੋਦੀ ਸਰਕਾਰ ਵੀ ਕਸੂਤੀ ਫਸੀ ਹੋਈ ਹੈ ਦਿੱਲੀ ਦੇ ਵਿੱਚ ਪਹਿਲਵਾਨਾਂ ਦਾ ਧਰਨਾ ਲੱਗਾ ਹੋਇਆ ਏ ਜੋ ਕਿ ਮੋਦੀ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਦਾ ਦਿਖਾਈ ਦਿੰਦਾ ਏ ਕਿਉਂਕਿ ਬ੍ਰਿਜ ਪੂਸ਼ਣ ਸ਼ਰਨ ਸਿੰਘ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਉਹਨਾਂ ਦਾ ਸਿਆਸੀ ਰਸੂਖ ਕਾਫੀ ਜ਼ਿਆਦਾ ਏ ਇਸ ਕਰਕੇ ਬੀਜੇਪੀ ਉਹਨਾਂ ਤੇ ਕੋਈ ਸਖਤ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ ਪਰ ਧਰਨੇ ਦੇ ਦਬਾਅ ਦੇ ਵਿੱਚ ਆ ਕੇ ਹੁਣ ਦੋ ਪਰਚੇ ਕਰ ਦਿੱਤੇ ਗਏ ਹਨ ਬ੍ਰਿਜ ਪੂਸ਼ਣ ਸ਼ਰਨ ਸਿੰਘ ਤੇ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਪਹਿਲਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਬ੍ਰਿਜ ਪੂਸ਼ਣ ਦਾ ਕਹਿਣਾ ਏ ਜੇਕਰ ਅਸਤੀਫਾ ਦੇ ਦਿੱਤਾ ਇਸ ਦਾ ਮਤਲਬ ਹੋਵੇਗਾ ਕਿ ਮੈਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਵਕਾਰ ਕਰ ਲਿਆ ਹੈ ਇਸ ਕਰਕੇ ਮੈਂ ਅਸਤੀਫਾ ਨਹੀਂ ਦੇਵਾਂਗਾ ਇਹਨਾਂ ਨੇ ਪਰਚੇ ਦੀ ਮੰਗ ਕੀਤੀ ਸੀ ਦੋ ਪਰਚੇ ਮੇਰੇ ਤੇ ਹੋ ਗਏ ਨੇ ਮੈਂ ਐਮਪੀ ਹਾਂ ਲੋਕਾਂ ਦੇ ਕਰਕੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਇਹ ਵਿਨੇਸ਼ ਫੋਗਾਟ ਜਿਹੜੀ ਕਿ ਮਹਿਲਾ ਪਹਿਲਵਾਨ ਹੈ ਉਸ ਦੇ ਕਰਕੇ ਮੈਂ ਸੰਸਦ ਮੈਂਬਰ ਨਹੀਂ ਬਣਿਆ ਇਸ ਕਰਕੇ ਮੈਂ ਅਸਤੀਫਾ ਨਹੀਂ ਦੇਵਾਂਗਾ ਹੁਣ ਇਸ ਨੂੰ ਲੈ ਕੇ ਸਿਆਸਤ ਵੀ ਹੁੰਦੀ ਦਿਖਾਈ ਦਿੰਦੀ ਹੈ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਇਸ ਦਰਨੇ ਦੇ ਵਿੱਚ ਜਾਣ ਦਾ ਐਲਾਨ ਕੀਤਾ ਹੋਇਆ ਹੈ ਉਧਰ ਦੂਜੇ ਪਾਸੇ ਪ੍ਰਿਆੰਕਾ ਗਾਂਧੀ ਸ਼ਨੀਵਾਰ ਵਾਲੇ ਦਿਨ ਹੀ ਇਸ ਧਰਨੇ ਦੇ ਵਿੱਚ ਪਹੁੰਚ ਗਏ ਅਤੇ ਉਹਨਾਂ ਨੇ ਆਖਿਆ ਕਿ ਸਭ ਤੋਂ ਪਹਿਲਾਂ ਬ੍ਰਿਜ ਪੂਸ਼ਣ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਜਿੰਨੀ ਦੇਰ ਤੱਕ ਬੰਦਾ ਆਪਣੇ ਅਹੁਦੇ ਤੇ ਬੈਠਾ ਹੈ ਉਨੀ ਦੇਰ ਤੱਕ ਨਿਰਪੱਖ ਜਾਂਚ ਨਹੀਂ ਹੋ ਸਕਦੀ ਹੈ ਕਿਉਂਕਿ ਉਸ ਦਾ ਕਾਫੀ ਪ੍ਰਭਾਵ ਹੈ ਜੇਕਰ ਪ੍ਰਭਾਵ ਘਟਾਉਣਾ ਹੈ ਤਾਂ ਸਭ ਤੋਂ ਪਹਿਲਾਂ ਬ੍ਰਿਜ ਪੂਸ਼ਣ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਹਨਾਂ ਲੜਕੀਆਂ ਨੇ ਸਾਡਾ ਮਾਣ ਵਧਾਇਆ ਹੈ ਇਸ ਕਰਕੇ ਸਰਕਾਰ ਨੂੰ ਵੀ ਇਹਨਾਂ ਦਾ ਮਾਣ ਰੱਖਣਾ ਚਾਹੀਦਾ ਹੈ ਜਾਂਚ ਕਰਨੀ ਚਾਹੀਦੀ ਹੈ ਨਿਰਪੱਖ ਤਰੀਕੇ ਨਾਲ ਅਤੇ ਬ੍ਰਿਜ ਪੁਸ਼ਸ਼ਨ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਧਰਨੇ ਦੇ ਵਿੱਚ ਪਹੁੰਚ ਗਏ ਅਤੇ ਉਹਨਾਂ ਨੇ ਵੀ ਆਖਿਆ ਕਿ ਲੋਕਾਂ ਨੂੰ ਇਸ ਧਰਨੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਅਰਵਿੰਦ ਕੇਜਰੀਵਾਲ ਆਖਦੇ ਨੇ ਕਿ ਵਾਰੀ ਬਨ ਲਓ ਸਾਰੇ ਵਾਰੀ ਵਾਰੀ ਆ ਕੇ ਇਸ ਧਰਨੇ ਦੇ ਵਿੱਚ ਆਪਣਾ ਸਮਰਥਨ ਦਿਓ ਕਿਉਂਕਿ ਇਹ ਦੇਸ਼ ਲਈ ਲੱਗਾ ਹੋਇਆ ਤਰਨਾ ਹੈ ਕਿਉਂਕਿ ਇਹਨਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਇਸ ਕਰਕੇ ਹੁਣ ਇਹਨਾਂ ਦੇ ਪੱਖ ਵਿੱਚ ਖੜਨ ਦੀ ਵਾਰੀ ਸਾਡੀ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਅਪੀਲ ਆ ਲੋਕਾਂ ਨੂੰ ਕੀਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੀਆਂ ਜੇਲਾਂ ਤੇ ਅੱਤਵਾਦੀ ਹਮਲਾ ਹੋ ਸਕਦਾ ਹੈ ਪਹਿਲਾਂ ਦੋ ਵਾਰ ਆਰਪੀਜੀ ਅਟੈਕ ਹੋ ਚੁੱਕੇ ਨੇ ਪਹਿਲਾ ਮੁਹਾਲੀ ਦੇ ਇੰਟੈਲੀਜੈਂਸ ਬਿਊਰੋ ਦੇ ਆਫਿਸ ਤੇ ਹੋਇਆ ਸੀ ਉਸ ਤੋਂ ਬਾਅਦ ਤਰਨਤਾਰਨ ਦੀ ਜੇਲ੍ਹ ਤੇ ਅਟੈਕ ਹੋਇਆ ਸੀ ਅਤੇ ਹੁਣ ਮੀਡੀਆ ਆਧਾਰਿਆਂ ਦੇ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੀਆਂ ਜੇਲਾਂ ਤੇ ਅਤਵਾਦੀ ਹਮਲਾ ਹੋ ਸਕਦਾ ਹੈ ਲਖਬੀਰ ਸਿੰਘ ਲੰਡਾ ਜੋ ਕਿ ਕੈਨੇਡਾ ਦੇ ਵਿੱਚ ਬੈਠਾ ਹੈ ਉਸ ਦੇ ਵੱਲੋਂ ਪਲਾਨ ਕੀਤਾ ਜਾ ਰਿਹਾ ਹੈ ਕਿ ਜਾਂ ਤਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਜਾਂ ਫਿਰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੇ ਅਟੈਕ ਕਰਵਾਇਆ ਜਾ ਸਕਦਾ ਹੈ ਅਤੇ ਇਸ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਰ ਦਿੱਤੀ ਗਈ ਹੈ। ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਅਜਿਹਾ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਭਗਵੰਤ ਮਾਨ ਨੇ ਆਖਿਆ ਜਿਵੇਂ ਮੀਡੀਆ ਦੇ ਕੋਲ ਆਪਣੇ ਸੂਤਰ ਹੁੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਤੁਸੀਂ ਖਬਰਾਂ ਚਲਾਉਂਦੇ ਹੋ ਉਸੇ ਤਰੀਕੇ ਨਾਲ ਸਰਕਾਰ ਦੇ ਵੀ ਕੁਝ ਸੂਤਰ ਹੁੰਦੇ ਨੇ ਸਨ ਇਨਪੁਟ ਮਿਲੀ ਹੈ ਇਨਪੁਟ ਮਿਲਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਆ ਚਾਕ ਚੋ ਬੰਦ ਹੈ ਕਿਸੇ ਵੀ ਤਰ੍ਹਾਂ ਦੀ ਢਿੱਲ ਸੁਰੱਖਿਆ ਦੇ ਵਿੱਚ ਨਹੀਂ ਵਰਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਦੌਰੇ ਤੇ ਸਨ ਜਿਸ ਮੌਕੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 62ਵੇਂ ਸਥਾਪਨਾ ਦਿਵਸ ਤੇ ਪਹੁੰਚੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਨਾਲ ਮਾਨ ਸਰਕਾਰ ਦਾ ਪੰਗਾ ਪੈ ਗਿਆ ਸੀ ਕਿਉਂਕਿ ਬਜਟ ਦੇ ਚਾਈ ਯੂਨੀਵਰਸਿਟੀ ਦੇ ਬਜਟ ਤੇ ਕਟ ਲਾ ਦਿੱਤਾ ਗਿਆ ਸੀ ਮਾਨ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਮਾਨ ਸਰਕਾਰ ਦੇ ਨੁਮਾਇੰਦਗੀ ਐਂਟਰੀ ਨੂੰ ਬੈਨ ਕਰ ਦਿੱਤਾ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗਾ ਸੀ ਉਸ ਤੋਂ ਬਾਅਦ ਸਰਕਾਰ ਨੇ ਆਖਿਆ ਕਿ ਕਿਸ਼ਤਾਂ ਦੇ ਵਿੱਚ ਤੁਹਾਡਾ ਬਜਟ ਅਸੀਂ ਪੂਰਾ ਕਰ ਲਿਆਂਗੇ ਭਾਵੇਂ ਪੈਸੇ ਜਾਰੀ ਕਰਦੇ ਹਾਂਗੇ ਸਾਨੂੰ ਐਂਟਰੀ ਦਿੱਤੀ ਜਾਣੀ ਚਾਹੀਦੀ ਹੈ ਧਰਨਾ ਖਤਮ ਕੀਤਾ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਧਰਨਾ ਖਤਮ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਰੱਖੇ ਗਏ ਸਮਾਗਮ ਦੇ ਵਿੱਚ ਪਹੁੰਚੇ ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਫਿਰ ਤੋਂ ਉਹੀ ਗੱਲਾਂ ਕੀਤੀਆਂ ਜੋ ਕਿ ਉਹਨਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਪੰਜਾਬੀ ਯੂਨੀਵਰਸਿਟੀ ਪਹੁੰਚੇ ਸਨ ਉਦੋਂ ਜੋ ਗੱਲਾਂ ਕੀਤੀਆਂ ਸਨ ਉਹੀ ਗੱਲਾਂ ਇੱਕ ਵਾਰ ਫਿਰ ਤੋਂ ਕਰਦੇ ਦਿਖਾਈ ਦਿੱਤੇ ਉਹਨਾਂ ਨੇ ਆਖਿਆ ਸਿੱਖਿਆ ਸੰਸਥਾਵਾਂਾਂ ਤੇ ਜੇਕਰ ਕਰਜ਼ਾ ਚੜਦਾ ਏ ਕਰਜ਼ੇ ਦੇ ਵਿੱਚ ਡੁੱਬੀਆਂ ਹੋਈਆਂ ਨੇ ਤਾਂ ਇਹ ਲਾਣਤ ਭਰੀ ਗੱਲ ਹੈ ਸਾਡੀ ਸਰਕਾਰ ਦੇ ਵੱਲੋਂ ਸਿੱਖਿਆ ਸੰਸਥਾਵਾਂਾਂ ਤੇ ਕਰਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ ਫੰਡਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿਆਂਗੇ ਮੁੱਖ ਮੰਤਰੀ ਨੇ ਅਹਿਮ ਐਲਾਨ ਕੀਤਾ ਉਹਨਾਂ ਨੇ ਬੱਚਿਆਂ ਨੂੰ ਇਰੇਤ ਕੀਤਾ ਕਿ ਜੁਗਾੜ ਲਾਓ ਕਿਉਂਕਿ ਜੁਗਾੜ ਇੱਕ ਆਊਟ ਆਫ ਦਾ ਬਾਕਸ ਆਈਡੀਆ ਹੁੰਦਾ ਹੈ ਕੋਈ ਨਵਾਂ ਆਈਡੀਆ ਹੁੰਦਾ ਜਿਸ ਨੂੰ ਪੰਜਾਬੀ ਜੁਗਾੜ ਆਖਦੇ ਨੇ ਜਿਵੇਂ ਸੜਕਾਂ ਤੇ ਗੱਡੀਆਂ ਚੱਲਦੀਆਂ ਨੇ ਕਿਸੇ ਦੀ ਵੀ ਲੀ ਨਹੀਂ ਪੈਂਦੀ ਐ ਪਰ ਜੇਕਰ ਕੋਈ ਪੈਂਚਰ ਗੱਡੀ ਨੂੰ ਹੀ ਭੁਜਾਈ ਜਾਂਦਾ ਹੈ ਤਾਂ ਲੀ ਪੈ ਜਾਂਦੀ ਐ ਫਿਰ ਲੋਕ ਵੀ ਉਸ ਨੂੰ ਪਛਾਣਦੇ ਨੇ ਕਿ ਕਿਹੜਾ ਐ ਜਿਹੜਾ ਪੈਂਚਰ ਗੱਡੀ ਹੀ ਸੜਕ ਤੇ ਲਈ ਫਿਰਦਾ ਐ ਫਿਰ ਉਹ ਨੋਟਿਸ ਦੇ ਵਿੱਚ ਆਉਂਦਾ ਐ ਇਸੇ ਤਰੀਕੇ ਨਾਲ ਜੇਕਰ ਤੁਸੀਂ ਵੀ ਕੁਝ ਵੱਖ ਕਰੋਗੇ ਤੁਸੀਂ ਵੀ ਲੋਕਾਂ ਦੇ ਨੋਟਿਸ ਦੇ ਵਿੱਚ ਆਓਗੇ ਵੱਖ ਕਰਨ ਦੀ ਸੋਚੋ ਕਿਸੇ ਦੇ ਪਿੱਛੇ ਨਾ ਲੱਗੋ ਭਗਵਾਨ ਭਗਵੰਤ ਮਾਨ ਦੇ ਵੱਲੋਂ ਇਹ ਅਪੀਲ ਇਹ ਨਸੀਹਤ ਇਹ ਸਲਾ ਪੰਜਾਬੀ ਯੂਨੀਵਰਸਿਟੀ ਦੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਹੀ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ ਉੱਥੇ ਕੁਝ ਉਦਘਾਟਨ ਕੀਤੇ ਗਏ ਮੁੱਖ ਮੰਤਰੀ ਦੇ ਵੱਲੋਂ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ ਅਪਗ੍ਰੇਡ ਕੀਤਾ ਗਿਆ ਹੈ ਰਜਿੰਦਰਾ ਹਸਪਤਾਲ ਨੂੰ ਜੋ ਐਮਰਜੈਂਸੀ ਦੇ ਵਿੱਚ ਪੰਜਾਬ ਬੈੱਡ ਸਨ ਉਹਨਾਂ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ 100 ਬੈੱਡ ਕਰ ਦਿੱਤੇ ਗਏ ਨੇ ਆਈ ਸੀ ਯੂ ਦੇ ਵਿੱਚ ਵੀ 17 ਬੈੱਡ ਕਰ ਦਿੱਤੇ ਗਏ ਹਨ 4 ਓਟੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਟਰੋਮਾ ਸੈਂਟਰ ਬਣਾਉਣ ਲਈ ਵੀ ਸਰਕਾਰ ਦੇ ਵੱਲੋਂ ਪੈਸੇ ਜਾਰੀ ਕਰ ਦਿੱਤੇ ਗਏ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਬਦਲਾਅ ਆ ਰਿਹਾ ਹੈ ਪਹਿਲਾਂ ਤਾਂ ਇੱਥੇ ਆ ਕੇ ਲੋਕ ਆਪ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਡਰ ਜਾਂਦੇ ਸਨ ਕਿ ਮੇਰਾ ਇਲਾਜ ਪਤਾ ਨਹੀਂ ਹੋਣਾ ਵੀ ਹੈ ਜਾਂ ਫਿਰ ਨਹੀਂ ਮਾਹੌਲ ਨੂੰ ਵੇਖ ਕੇ ਹੀ ਡਰ ਜਾਂਦੇ ਸਨ ਅਤੇ ਹੁਣ ਅਸੀਂ ਹੌਲੀ-ਹੌਲੀ ਸਿਹਤ ਸੰਸਥਾਵਾਂ ਦੇ ਵਿੱਚ ਦਲਾ ਲਿਆ ਰਹੇ ਆ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਯਕੀਨ ਪੈਦਾ ਹੋ ਰਿਹਾ ਹੈ ਕਿ ਹਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਵਧੀਆ ਇਲਾਜ ਹੋ ਸਕਦਾ ਹੈ ਸਾਡੀ ਸਰਕਾਰ ਦੇ ਵੱਲੋਂ ਸਿਹਤ ਸਹੂਲਤਾਂ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪੀ ਐਸ ای ਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਦਾ 8ਵਾਂ ਦਾ ਨਤੀਜਾ ਆਇਆ ਉਸ ਦੇ ਵਿੱਚ ਤਿੰਨੇ ਟੌਪ ਤੇ ਲੜਕੀਆਂ ਆਈਆਂ ਦੋ ਸਰਕਾਰੀ ਸਕੂਲ ਬੁਢਲਾਡਾ ਦੀਆਂ ਅਤੇ ਇੱਕ ਲੁਧਿਆਣਾ ਦੇ ਸਕੂਲ ਦੀ ਲੜਕੀ ਤੀਜੇ ਨੰਬਰ ਤੇ ਆਈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਇਹਨਾਂ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਿੰਨਾਂ ਲੜਕੀਆਂ ਨੂੰ 51 51000 ਰੁਪਏ ਪੰਜਾਬ ਸਰਕਾਰ ਦੇ ਵੱਲੋਂ ਨਕਦ ਵਿੱਤੀ ਰਾਸ਼ੀ ਦਿੱਤੀ ਜਾਵੇਗੀ ਸਨਮਾਨ ਦੇ ਤੌਰ ਤੇ ਅਤੇ ਨਾਲ ਹੀ ਇਹਨਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਨੇ ਅਝਿਹਾਈ ਕੀਤਾ ਤਿੰਨੇ ਬੱਚੀਆਂ ਵੀ ਸੱਦ ਲਈਆਂ ਜਿਹੜੀਆਂ ਕਿ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਈ ਸਨ ਅਰਥੀ ਉਹਨਾਂ ਦੇ ਅਧਿਆਪਕਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾ ਲਿਆ ਅਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਸਾਹਮਣੇ 51-51 ਹਜ਼ਾਰ ਰੁਪਏ ਇਨ੍ਹਾਂ ਲੜਕੀਆਂ ਨੂੰ ਸੌਂਪ ਦਿੱਤੇ ਗਏ ਅਤੇ ਅਧਿਆਪਕਾਂ ਦੀ ਵੀ ਕਾਫੀ ਤਾਰੀਫ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਭਗਵੰਤ ਮਾਨ ਕਹਿੰਦੇ ਨੇ ਸਰਕਾਰੀ ਸਕੂਲਾਂ ਦਾ ਪੱਧਰ ਸੁਧਰ ਰਿਹਾ ਹੈ ਵੇਖ ਲਓ ਦੋ ਲੜਕੀਆਂ ਜੋ ਪਹਿਲੇ ਅਤੇ ਦੂਜੇ ਨੰਬਰ ਤੇ ਆਈਆਂ ਨੇ ਉਹ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਦਾਖਲੇ ਵੀ ਲਗਾਤਾਰ ਵਧ ਰਹੇ ਨੇ ਕਿਉਂਕਿ ਪਹਿਲਿਆਂ ਨੇ ਸਕੂਲ ਬਣਾਏ ਹੀ ਨਹੀਂ ਸਨ ਹੁਣ ਅਸੀਂ ਸਕੂਲ ਬਣਾ ਵੀ ਰਹੇ ਆ ਅਤੇ ਸਕੂਲਾਂ ਨੂੰ ਸੁਧਾਰ ਵੀ ਰਹੇ ਆ ਇਸ ਕਰਕੇ ਹੁਣ ਅਸੀਂ ਸਿੱਖਿਆ ਸਹੂਲਤਾਂ ਜਿਹੜੀਆਂ ਸਿੱਖਿਆ ਵਿਵਸਥਾ ਹੈ ਉਸ ਨੂੰ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਮੁੱਖ ਮੰਤਰੀ ਦੇ ਵੱਲੋਂ ਇਹ ਦਾਵਾ ਠੋਕੇ ਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਬੀਤੇ ਦਿਨ ਪੁਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਲਾਲ ਚੰਦ ਕਟਾਰੂ ਚੱਕ ਤੇ ਬਹੁਤ ਗੰਭੀਰ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਨੇ ਟੈਲੀਫੋਨ ਚੁੱਕਣ ਦੀ ਸਰਕਾਰੀ ਨੌਕਰੀ ਤੇ ਆਪਣਾ ਮੁੰਡਾ ਰੱਖ ਲਿਆ ਏ ਆਪਣਾ ਸਪੈਸ਼ਲ ਅਸਿਸਟੈਂਟ ਰੱਖਿਆ ਏ ਆਪਣਾ ਸਾਲੀ ਦਾ ਮੁੰਡਾ ਅਤੇ ਤੀਜਾ ਵੀ ਉਹਨਾਂ ਨੇ ਆਪਣੇ ਪੀਏ ਨੂੰ ਹੀ ਕੁੱਕ ਰਸੋਈਆ ਰੱਖ ਲਿਆ ਏ ਇਹ ਗਲਤ ਕੰਮ ਕੀਤਾ ਗਿਆ ਹੈ ਇਹ ਅਨੈਥੀਕਲ ਵੀ ਹੈ ਅਤੇ ਗੈਰ ਕਾਨੂੰਨੀ ਵੀ ਹੈ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਦਾ ਮੁੱਖ ਮੰਤਰੀ ਨੂੰ ਆਪਣੇ ਮੰਤਰੀ ਤੇ ਕਾਰਵਾਈ ਕਰਨੀ ਚਾਹੀਦੀ ਹੈ ਲਾਲਚੰਦ ਕਟਾਰੂ ਚੱਕ ਦਾ ਜਵਾਬ ਆ ਗਿਆ ਹੈ ਕਹਿੰਦੇ ਨੇ ਵੈਸੇ ਤਾਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਦਾ ਜਵਾਬ ਦੇਣਾ ਬਣਦਾ ਨਹੀਂ ਪਰ ਉਸ ਦੇ ਵੱਲੋਂ ਜੋ ਨਾ ਪੱਕੀ ਗੱਲਾਂ ਮੇਰੇ ਖਿਲਾਫ ਪਲਾਈਆਂ ਜਾ ਰਹੀਆਂ ਨੇ ਮੈਂ ਇਸ ਦਾ ਖੰਡਨ ਕਰਦਾ ਹਾਂ ਅਜਿਹਾ ਕੁਝ ਵੀ ਨਹੀਂ ਹੈ ਉਹਨਾਂ ਨੇ ਤਾਂ ਸੁਖਪਾਲ ਖਹਿਰਾ ਦੇ ਖਿਲਾਫ ਮਾਨ ਹਾਨੀ ਦਾ ਮੁਕਦਮਾ ਠੋਕਣ ਦਾ ਐਲਾਨ ਕਰ ਦਿੱਤਾ ਹੈ ਕਹਿੰਦੇ ਨੇ ਮੈਂ ਡੈਫੇਮੇਸ਼ਨ ਦਾ ਕੇਸ ਕਰਾਂਗਾ ਲਾਲ ਚੰਦ ਕਟਾਰੂ ਚੱਕ ਨੇ ਹੁਣ ਐਲਾਨ ਇਹ ਕੀਤਾ ਹੈ ਕਿ ਜੇਕਰ ਮੈਂ ਆਪਣੇ ਮੁੰਡੇ ਨੂੰ ਟੈਲੀਫੋਨ ਚੁੱਕਣ ਦੀ ਸਰਕਾਰੀ ਨੌਕਰੀ ਤੇ ਰੱਖਿਆ ਹੋਵੇ ਸਾਬਤ ਹੋ ਜਾਵੇ ਤਾਂ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਔਨ ਕੈਮਰਾ ਮੈਂ ਇਹ ਐਲਾਨ ਕਰਦਾ ਹਾਂ ਪਰ ਖਹਿਰਾ ਤੇ ਮੈਂ ਮੁਕਦਮਾ ਜ਼ਰੂਰ ਠੋਕਾਂਗਾ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਜਵਾਬ ਸੁਖਪਾਲ ਖਹਿਰਾ ਦੇ ਵੱਲੋਂ ਵੀ ਦੇ ਦਿੱਤਾ ਗਿਆ ਕਹਿੰਦੇ ਨੇ ਚੈਲੰਜ ਕਬੂਲ ਹੈ ਡੈਫਰਮੇਸ਼ਨ ਦਾ ਕੇਸ ਕਰਨਾ ਹੈ ਮਾਨਹਾਨੀ ਦਾ ਮੁਕਦਮਾ ਠੋਕਣਾ ਹੈ TOCO! ਪਰ ਮੈਂ ਆਪਣੇ ਇਲਜ਼ਾਮਾਂ ਤੇ ਕਾਇਮ ਹਾਂ ਮੈਂ ਜਿਹੜਾ ਸਰਕਾਰੀ ਨੋਟੀਫਿਕੇਸ਼ਨ ਲੋਕਾਂ ਦੇ ਸਾਹਮਣੇ ਰੱਖਿਆ ਏ ਉਸ ਨੂੰ ਮੰਤਰੀ ਕਹੇ ਕਿ ਇਹ ਝੂਠਾ ਏ 29 ਤਰੀਕ 29 ਮਾਰਚ ਦਾ ਇਹ ਨੋਟੀਫਿਕੇਸ਼ਨ ਹੈ ਸਰਕਾਰ ਦਾ ਜੇਕਰ ਮੰਤਰੀ ਇਸ ਨੂੰ ਝੁਠਲਾ ਦੇਵੇ ਤਾਂ ਫਿਰ ਮੈਂ ਮੰਨਾਂਗਾ ਪਰ ਜੇਕਰ ਮੇਰੇ ਤੇ ਡੈਫਮੇਸ਼ਨ ਦਾ ਕੇਸ ਕਰਨਾ ਹੈ ਤਾਂ ਕਰ ਲਵੇ ਪਰ ਮੈਂ ਆਪਣੇ ਇਲਜ਼ਾਮਾਂ ਤੇ ਪੂਰੀ ਤਰ੍ਹਾਂ ਕਾਇਮ ਹਾਂ ਕਿਉਂਕਿ ਮੇਰੇ ਕੋਲ ਸਬੂਤ ਹੈਗੇ ਨੇ ਬਿਨਾਂ ਸਬੂਤਾਂ ਤੋਂ ਮੈਂ ਇਹ ਗੱਲ ਨਹੀਂ ਆਖੀ ਹੈ ਮੈਂ ਅਜੇ ਵੀ ਕਾਇਮ ਹਾਂ ਭਾਵੇਂ ਮੁਕੱਦਮਾ ਠੋਕਿਆ ਜਾਵੇ ਪਰ ਭਗਵੰਤ ਮਾਨ ਨੂੰ ਆਪਣੇ ਮੰਤਰੀ ਦੀ ਆਜਾ ਜ਼ਰੂਰ ਕਰਵਾਉਣੀ ਚਾਹੀਦੀ ਹੈ ਚੈਲੰਜ ਕਬੂਲ ਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਕਰ ਲਿਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਵਿੱਚ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟ ਨਹੀਂ ਹੋ ਰਹੇ ਸਨ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਦਰਅਸਲ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਦੇ ਉੱਪਰ ਜੋ ਚਿਪ ਲੱਗਦੀ ਹੈ ਉਹ ਚਿਪ ਪੰਜਾਬ ਦੇ ਵਿੱਚ ਅਵੇਲੇਬਲ ਉਪਲਬਧਾ ਨਹੀਂ ਸੀ ਅਤੇ ਕੰਪਨੀ ਦੇ ਵੱਲੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਵੱਲੋਂ ਉਸ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਗਿਆ ਅਤੇ ਉਸ ਨੂੰ ਨੋਟਿਸ ਵੀ ਭੇਜਿਆ ਗਿਆ ਅਤੇ ਕਾਨੂੰਨੀ ਕਾਰਵਾਈ ਵੀ ਉਸ ਕੰਪਨੀ ਤੇ ਕਰਾਂਗੇ ਲਾਲਜੀਤ ਸਿੰਘ ਪੁੱਲਰ ਜਿਹੜੇ ਕਿ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਹੁਣ ਇੱਕ ਹੋਰ ਕੰਪਨੀ ਦੇ ਨਾਲ ਕੰਮ ਚਲਾਉਣ ਲਈ ਪੰਜਾਬ ਸਰਕਾਰ ਨੇ ਠੇਕਾ ਕਰ ਲਿਆ ਹੈ ਅਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟ ਹੋਣ ਦਾ ਕੰਮ ਸ਼ੁਰੂ ਹੋ ਗਿਆ ਹੈ 2 ਲੱਖ ਤੋਂ ਵੱਧ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਆਰਸੀਆਂ ਪੈਂਡਿੰਗ ਪਈਆਂ ਸਨ ਲੋਕਾਂ ਦੀ ਆਰਸੀ ਬਣ ਤਾਂ ਜਾਂਦੀ ਸੀ ਡਰਾਈਵਿੰਗ ਲਾਇਸੈਂਸ ਬਣਤੇ ਜਾਂਦੇ ਸਨ ਪਰ ਉਹਨਾਂ ਨੂੰ ਹਾਰਡ ਕਾਪੀ ਉਹਨਾਂ ਦੇ ਹੱਥ ਦੇ ਵਿੱਚ ਉਹ ਕਾਰਡ ਨਹੀਂ ਫੜਾਇਆ ਜਾਂਦਾ ਸੀ ਕਹਿੰਦੇ ਸਨ ਆਨਲਾਈਨ ਹੀ ਟਾਈਮ ਪਾਸ ਕਰੋ ਜਦੋਂ ਇਹ ਕਾਰਡ ਛਪਣਗੇ ਉਦੋਂ ਤੁਹਾਨੂੰ ਫੜਾ ਦਿੱਤੇ ਜਾਣਗੇ ਅਤੇ ਹੁਣ ਖਬਰ ਆਈ ਹੈ ਕਿ ਕੰਮ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਨੂੰ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਸੌਂਪ ਦਿੱਤੇ ਜਾਣਗੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਜਲੰਧਰ ਦੀ ਉਪ ਚੋਣ ਦੇ ਵਿੱਚ ਰਾਣਾ ਗੁਰਜੀਤ ਨੂੰ ਲੈ ਕੇ ਹੁਣ ਵਿਵਾਦ ਹੁੰਦਾ ਦਿਖਾਈ ਦਿੰਦਾ ਹੈ ਰਾਣਾ ਗੁਰਜੀਤ ਪ੍ਰਚਾਰ ਕਰ ਰਹੇ ਸਨ ਜਲੰਧਰ ਦੀਆਂ ਗਲੀਆਂ ਦੇ ਵਿੱਚ ਨਾਲ ਉਹਨਾਂ ਦੇ ਗੁਰਜੀਤ ਸਿੰਘ ਔਜਲਾ ਅਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਖੁਰਾਕ ਮੰਤਰੀ ਭਾਰਤ ਪੋਸ਼ਣ ਆਸ਼ੂ ਵੀ ਸਨ ਘੜੀ ਦੇ ਵਿੱਚ ਪ੍ਰਚਾਰ ਕਰਦਿਆਂ ਰਾਣਾ ਗੁਰਜੀਤ ਨੇ ਇੱਕ ਔਰਤ ਨੂੰ 500 ਰੁਪਇਆ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਦੇ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਵੇਖ ਲਓ ਵੋਟਾਂ ਖਰੀਦ ਰਹੇ ਨੇ ਅਸੀਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਦੇ ਕੋਲ ਕਰਾਂਗੇ। ਰਾਣਾ ਗੁਰਜੀਤ ਨੇ ਆਖਿਆ ਉਹ ਲੜਕੀ ਜਿਹੜੀ ਹੈ ਜਿਸ ਨੂੰ ਮੈਂ 500 ਰੁਪਇਆ ਦਿੱਤਾ ਉਹ ਮੇਰੇ ਪਿੰਡ ਦੀ ਹੈ। ਉਹ ਜਲੰਧਰ ਵਿਆਹੀ ਹੈ। ਪਤਾ ਲੱਗਾ ਮੈਂ ਪਹਿਲੀ ਵਾਰ ਉਸਦੇ ਘਰ ਆਇਆ ਸੀ ਖਾਲੀ ਹੱਥ ਨਹੀਂ ਮੁੜ ਸਕਦਾ ਸੀ ਇਸ ਕਰਕੇ ਛਗਣ 500 ਰੁਪਏ ਦਾ ਮੈਂ ਦਿੱਤਾ ਏ ਜੇਕਰ ਪੈਸੇ ਵੰਡਣੇ ਹੁੰਦੇ ਬਾਕੀ ਸਾਰੀ ਗਲੀ ਨੂੰ ਨਾ ਦਿੰਦਾ ਨਾਲੇ ਆਉਣ ਕੈਮਰਾ ਮੈਂ ਕਿਉਂ ਦਿੰਦਾ ਮੇਰੀ ਨੀਅਤ ਵਿੱਚ ਖੋਟ ਨਹੀਂ ਹੈ ਇਹ ਤਾਂ ਪੰਜਾਬ ਦਾ ਸੱਭਿਆਚਾਰ ਹੈ ਕਿ ਜੇਕਰ ਤੁਹਾਡੇ ਪਿੰਡ ਦੀ ਕੁੜੀ ਕਿਤੇ ਵਿਆਹੀ ਹੈ ਉਸਦੇ ਘਰ ਤੁਸੀਂ ਪਹਿਲੀ ਵਾਰ ਜਾਂਦੇ ਹੋ ਤਾਂ ਛਗਣ ਦੇਣਾ ਪੈਂਦਾ ਏ ਉਹੀ ਮੈਂ ਦਿੱਤਾ ਏ ਇਹਨਾਂ ਨੂੰ ਗੱਲ ਸਮਝਣੀ ਚਾਹੀਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਲੰਧਰ ਦੇ ਵਿੱਚ ਵੱਖਰੇ ਹੀ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾ ਰਹੇ ਨੇ ਉਹ ਕਿਵੇਂ ਮਜੀਠੀਆ ਕਹਿੰਦੇ ਨੇ ਸਾਡੀ ਸਰਕਾਰ ਵੇਲੇ ਗਰੀਬ ਲੋਕ ਬਿਜਲੀ ਦੀ ਕੁੰਡੀ ਲਾਉਂਦੇ ਸਨ ਬਾਬਾ ਬਾਦਲ ਕੁਝ ਨਹੀਂ ਕਹਿੰਦਾ ਸੀ ਵੇਖ ਲਓ ਹੁਣ ਦੀਆਂ ਸਰਕਾਰਾਂ ਕੁੰਡੀ ਵੀ ਫੜ ਲੈਂਦੀਆਂ ਨੇ ਤੁਹਾਡਾ ਕਨੈਕਸ਼ਨ ਵੀ ਕਰ ਦਿੰਦੀਆਂ ਨੇ ਅਤੇ ਤੁਹਾਨੂੰ ਜੁਰਮਾਨਾ ਵੀ ਲਾ ਦਿੰਦੀਆਂ ਨੇ ਗਰੀਬਾਂ ਦਾ ਫਿਰ ਪੱਕੀ ਕੌਣ ਸੀ ਬਾਬਾ ਬਾਦਲ ਹੀ ਗਰੀਬਾਂ ਦਾ ਪੱਕੀ ਸੀ ਵੇਖ ਲਓ ਕਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਵੀ ਚਲਾਈਆਂ ਬਿਜਲੀ ਕਿਸਾਨਾਂ ਨੂੰ ਮੁਫਤ ਕਰ ਦਿੱਤੀ ਇਸ ਤੋਂ ਇਲਾਵਾ ਜਿਹੜੇ ਗਰੀਬ ਨੇ ਉਹਨਾਂ ਨੂੰ ਆਟਾ ਦਾਲ ਦੇਣਾ ਸ਼ੁਰੂ ਕੀਤਾ ਛਗਣ ਸਕੀਮ ਸ਼ੁਰੂ ਕੀਤੀ ਪੈਨਸ਼ਨ ਵਧਾਈ ਗਈ ਸਰਕਾਰ ਦੇ ਵੱਲੋਂ ਬਹੁਤ ਸਾਰੇ ਕੰਮ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਸਰਕਾਰ ਦੇ ਵੱਲੋਂ ਕੀਤੇ ਗਏ ਸਨ ਉਹਨਾਂ ਕੰਮਾਂ ਨੂੰ ਯਾਦ ਕਰਦੇ ਆਂ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੀ ਵਾਪਸੀ ਕਰਵਾਉਣੀ ਚਾਹੀਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਸ ਤਰੀਕੇ ਨਾਲ ਜਲੰਧਰ ਦੀ ਉਪਚੋਣ ਦੇ ਵਿੱਚ ਪ੍ਰਚਾਰ ਕੀਤਾ ਜਾਣ ਲੱਗ ਪਿਆ ਹੈ ਅੱਗੇ ਵਧਦੇ ਹਾਂ ਇੱਕ ਵਾਰ ਫਿਰ ਤੋਂ ਚਰਚਾਵਾਂ ਚੱਲੀਆਂ ਨੇ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੋ ਸਕਦਾ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂ ਤੇ ਬਹੁਤ ਵੱਡੇ ਪੱਦਰ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਪਹੁੰਚੇ ਇਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚ ਗਏ ਜਿਸ ਤੋਂ ਬਾਅਦ ਚਰਚਾਵਾਂ ਚੱਲੀਆਂ ਆ ਕਿ ਬੀਜੇਪੀ ਅਤੇ ਅਕਾਲੀ ਦਲ ਦੀ ਨੇੜਤਾ ਇੱਕ ਵਾਰ ਫਿਰ ਤੋਂ ਵੱਧ ਗਈ ਹੈ ਪਰ ਅਜੇ ਹੀਆਂ ਚਰਚਾਵਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ ਹਰਦੀਪ ਪੁਰੀ ਕਹਿੰਦੇ ਨੇ ਸਾਡੇ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾਵੇਗਾ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ੋਕ ਸ਼ਰਮਾ ਕਹਿੰਦੇ ਨੇ ਕਿ ਅਸੀਂ ਹੁਣ ਗੱਠਜੋੜ ਨਹੀਂ ਕਰਾਂਗੇ ਇਸ ਤੋਂ ਆਵਾਜ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਦਬੀ ਜ਼ਮਾਨੇ ਦੇ ਵਿੱਚ ਆਖ ਰਿਹਾ ਹੈ ਕਿ ਸਾਨੂੰ ਵੀ ਗਠਜੋੜ ਦੀ ਕੋਈ ਵੀ ਲੋੜ ਨਹੀਂ ਹੈ ਬਹੁਜਣ ਸਮਾਜ ਪਾਰਟੀ ਦੇ ਨਾਲ ਸਾਡਾ ਗਠਜੋੜ ਹੈ ਅਤੇ ਉਹੀ ਅੱਗੇ ਵਧੇਗਾ ਗਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਦੋਨਾਂ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੌਸਮ ਬਾਰੇ ਗੱਲ ਕਰ ਲੈਨੇ ਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਬਰਫਬਾਰੀ ਅਤੇ ਮੈਦਾਨਾਂ ਦੇ ਵਿੱਚ ਪੈ ਰਹੇ ਮੀਨੇ ਗਰਮੀ ਨੂੰ ਰੋਕ ਕੇ ਰੱਖ ਦਿੱਤਾ ਹੈ ਮਈ ਦਾ ਮਹੀਨਾ ਆਉਣ ਵਾਲਾ ਹੈ ਪਰ ਅਜੇ ਤੱਕ ਉਸ ਤਰੀਕੇ ਦੀ ਗਰਮੀ ਪੰਜਾਬ ਦੇ ਵਿੱਚ ਪੈਂਦੀ ਦਿਖਾਈ ਨਹੀਂ ਦਿੰਦੀ ਹੈ ਹੁਣ ਮੌਸਮ ਵਿਭਾਗ ਦੇ ਮੁਤਾਬਕ ਮਈ ਦੇ ਪਹਿਲੇ ਹਫਤੇ ਤੱਕ ਪੰਜਾਬ ਦੇ ਵਿੱਚ ਗਰਮੀ ਦਾ ਅਸਰ ਵੇਖਣ ਨੂੰ ਨਹੀਂ ਮਿਲੇਗਾ ਅਤੇ ਪੰਜਾਬ ਦੇ ਵਿੱਚ 2 ਮਈ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਵੀ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਗੱਲ ਜੇਕਰ ਕੀਤੀ ਜਾਵੇ ਸ਼ਨੀਵਾਰ ਦੀ ਤੱਕ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਮੀਂਹ ਪਿਆ ਜਿਵੇਂ ਕਿ ਦਰਾਹਾ ਖੰਨਾ ਹੋਰ ਇਲਾਕਿਆਂ ਦੇ ਵਿੱਚ ਮੀ ਪਿਆ ਨਵਾਂ ਸ਼ਹਿਰ ਦੇ ਵਿੱਚ ਗੜ ਸ਼ੰਕਰ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਵੀ ਮੀ ਵੇਖਣ ਨੂੰ ਮਿਲਿਆ ਹੈ ਇਸ ਤਰੀਕੇ ਨਾਲ 2 ਮਈ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਨ੍ਹਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਆਜ਼ਰੂਵਾਂਗਾ ਤੁਸੀਂ ਦੇਖਦੇ ਰਹੋ ਤਾਂ ਪੰਜਾਬ ਟੀਵੀ ਹਰ ਖਬਰ ਦਾ ਸੱਚ